23 मार्च 1931 ਨੂੰ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਨੂੰ ਫਾਂਸੀ ਦਿੱਤੀ ਗਈ ਸੀਗੀ ਤਾਂ ਹੱਸਦੇ ਹੱਸਦੇ ਸ਼ਹੀਦਾਂ ਨੇ ਫਾਂਸੀ ਦਾ ਫੰਦਾ ਚੁੰਮਿਆ ਸੀਗਾ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਵੱਡੀ ਕੁਰਬਾਨੀ ਦਿੱਤੀ ਹੈਗੀ ਸੀਗੀ ਤਾਂ ਅੱਜ 23 ਮਾਰਚ ਹੈ ਤਾਂ 23 ਮਾਰਚ ਨੂੰ ਫਿਰੋਜ਼ਪੁਰ ਹੁਸੈਨੀਵਾਲਾ ਬਾਰਡਰ ਸ਼ਹੀਦਾਂ ਦੀ ਸਮਾਧ ਬਣੀ ਹੋਈ ਹੈ ਜਿੱਥੇ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਜੀ ਦੀ ਸ਼ਹੀਦੀ ਸਮਾਧ ਹੈ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਇੱਥੇ ਪਹੁੰਚੇ ਉਹਨਾਂ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਮੀਤ ਹੇਰ ਵੀ ਅਤੇ ਨਾਲ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ਤਾਂ ਸੀਐਮ ਪੰਜਾਬ ਉਹਨਾਂ ਨੇ ਗੱਲ ਕਹੀ ਕਿ ਹਲੇ ਵੀ ਕਈ ਸੁਪਨੇ ਜਿਹੜੇ ਆ ਉਹ ਅਧੂਰੇ ਹੈਗੇ ਆ ਸ਼ਹੀਦਾਂ ਨੇ ਕਈ ਸੁਪਨੇ ਦੇਖੇ ਹੈਗੇ ਸੀਗੇ ਤਾਂ ਉਹਨਾਂ ਸੁਪਨਿਆਂ ਨੂੰ ਜਿਹੜਾ ਪੂਰਾ ਕੀਤਾ ਜਾਊਗਾ ਤਾਂ ਨੌਜਵਾਨ ਜਿਹੜੇ ਭਟਕ ਚੁੱਕੇ ਹੈਗੇ ਆ ਉਹਨਾਂ ਨੂੰ ਸਹੀ ਰਸਤੇ 'ਤੇ ਲੈ ਕੇ ਆਉਂਦਾ ਜਾਏਗਾ ਨੌਕਰੀਆਂ ਦਿੱਤੀਆਂ ਜਾਣਗੀਆਂ ਤਾਂ ਇਹ ਗੱਲਾਂ ਜਿਹੜੀਆਂ ਸੀਐਮ ਪੰਜਾਬ ਭਗਵੰਤ ਮਾਨ ਉਹਨਾਂ ਨੇ ਕੀਤੀਆਂ ਤਾਂ ਜਿਹੜੀ ਅੱਜ ਇੱਥੇ ਦੂਰੋਂ ਦੂਰੋਂ ਲੋਕ ਜਿਹੜਾ ਇੱਥੇ ਆ ਰਹੇ ਹੈਗੇ ਨੇ ਸ਼ਹੀਦਾਂ ਦੇ ਨਤਮਸਤਕ ਹੋ ਰਹੇ ਆ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੇ ਹੈਗੇ ਨੇ ਇੱਕ ਵੱਡਾ ਮੇਲਾ ਲੱਗਦਾ ਹੈਗਾ ਸਪੈਸ਼ਲ ਟ੍ਰੇਨਾਂ ਚੱਲਦੀਆਂ ਹੈਗੀਆਂ ਬੱਸਾਂ ਚੱਲਦੀਆਂ ਹੈਗੀਆਂ ਲੋਕ ਦੂਰੋਂ ਦੂਰੋਂ ਇੱਥੇ ਆਉਂਦੇ ਆ ਤਾਂ ਨਤਮਸਤਕ ਹੁੰਦੇ ਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਜੀ ਦੇ ਸ਼ਹੀਦੀ ਸਥਲ ਹੈ ਤਾਂ 23 ਮਾਰਚ 1931 ਨੂੰ ਜਿਹੜੀ ਹੈ ਫਾਂਸੀ ਦਿੱਤੀ ਗਈ ਸੀਗੀ ਤਾਂ ਇਸੇ ਥਾਂ 'ਤੇ ਸਤਲੁਜ ਦਰਿਆ ਦੇ ਇਸੇ ਥਾਂ 'ਤੇ ਜਿਹੜੇ ਆ ਸੰਸਕਾਰ ਕਰਕੇ ਜਿਹੜੇ ਉਹਨਾਂ ਦੀ ਡੈਡ ਬੋਡੀ ਸੀਗੀਆਂ ਅੱਧ ਜਲੀਆਂ ਉਹ ਇੱਥੇ ਰੋੜ ਦਿੱਤੀਆਂ ਗਈਆਂ ਸੀ ਪ੍ਰਵਾਹਿਤ ਕਰ ਦਿੱਤੀਆਂ ਗਈਆਂ ਸੀ ਅਤੇ ਇਸੇ ਥਾਂ ਦੇ ਉੱਪਰ ਜਿਹੜੀ ਹੈ ਸਮਾਧੀ ਬਣਾਈ ਗਈ ਸੀਗੀ ਤਾਂ ਇੱਥੇ ਹੀ ਬੀਕੇ ਦਰਜੀ ਦੀ ਸਮਾਧੀ ਵੀ ਹੈਗੀ ਹੈ ਤਾਂ ਸ਼ਹੀਦ ਭਗਤ ਸਿੰਘ ਜੀ ਦੇ ਮਾਤਾ ਜੀ ਦੀ ਸਮਾਧੀ ਵੀ ਜਿਹੜੀ ਹੈ ਇੱਥੇ ਬਣੀ ਹੋਈ ਹੈ ਤਾਂ ਅੱਜ ਬਹੁਤ ਸੋਹਣਾ ਜਿਹੜਾ ਇਸ ਬਣਾਇਆ ਗਿਆ ਸਮਾਰਕ ਨੂੰ ਸ਼ਹੀਦ ਭਗਤ ਸਿੰਘ ਜੀ ਦੀਆਂ ਜਿਹੜੀਆਂ ਲੈਟਰਾਂ ਹੈਗੀਆਂ ਸੀਗੀਆਂ ਉਹ ਵੀ ਇੱਥੇ ਲਗਾਈਆਂ ਗਈਆਂ ਤਾਂ ਕਿ ਜਿਹੜੇ ਲੋਕ ਬਾਹਰੋਂ ਆਉਂਦੇ ਹੈਗੇ ਨੇ ਉਹ ਦੇਖ ਸਕਣ ਤਾਂ ਸ਼ਹੀਦਾਂ ਦੇ ਬਾਰੇ ਜਾਣ ਸਕਣ। ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ। 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਇਨਕਲਾਬੀ ਸਾਥੀ ਉਹਨਾਂ ਦੇ ਨਾਲ ਫਾਂਸੀ ਦਾ ਰਸਾ ਚੁੰਮਣ ਵਾਲੇ ਰਾਜਗੁਰੂ ਅਤੇ ਸੁਖਦੇਵ ਜੀ ਉਹਨਾਂ ਦਾ ਸ਼ਹੀਦੀ ਦਿਵਸ ਹੈ। ਇਸ ਤੋਂ ਪਹਿਲਾਂ ਮੈਂ ਖਟਕੜ ਕਲਾਂ ਵੀ ਸ਼ਰਧਾਂਜਲੀ ਭੇਂਟ ਕਰਕੇ ਆਇਆ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸ਼ਹੀਦਾਂ ਦੀ ਸੋਚ ਨੂੰ ਜਿਹੜੀ ਪ੍ਰਣਾਉਂਦੀ ਹੈ, ਪ੍ਰਣਾਮ ਕਰਦੀ ਹੈ, ਸਜਦਾ ਕਰਦੀ ਹੈ। ਉਹਨਾਂ ਦੇ ਸੁਪਨਿਆਂ ਦਾ ਭਾਰਤ, ਉਹਨਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਦਾ ਜਿਹੜਾ ਟੀਚਾ ਲੈ ਕੇ ਚੱਲੀ ਹੋਈ ਹੈ ਪਾਰਟੀ ਸਾਡੀ। ਸੋ ਜਦੋਂ ਲਗਭਗ 1 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਸਾਡੇ ਸਿਰ ਦਿੱਤੀ, ਸਾਡੇ ਮੋਢਿਆਂ 'ਤੇ ਦਿੱਤੀ, ਤਾਂ ਅਸੀਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕੋਈ ਸਰਕਾਰ ਜਿਹੜੀ ਹੈ ਉਹ ਕਿਸੇ ਸ਼ਹੀਦ ਦੇ ਪਿੰਡ ਜਾ ਕੇ, ਜੱਦੀ ਪਿੰਡ ਜਾ ਕੇ ਉੱਥੇ ਸਹੁੰ ਚੁੱਕੇ। ਉਹ ਸਹੁੰ ਇਕੱਲੀ ਮੁੱਖ ਮੰਤਰੀ ਨੇ ਨਹੀਂ ਚੁੱਕੀ ਸੀ, ਉਹ ਸਹੁੰ ਮੇਰੇ ਨਾਲ 3 ਕਰੋੜ ਪੰਜਾਬੀਆਂ ਨੇ ਚੁੱਕੀ ਸੀ ਕਿ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ 23-23 ਸਾਲ ਦੀ ਉਮਰ 'ਚ, ਜੋ ਜਿਸ ਕਿਸਮ ਦਾ ਦੇਸ਼ ਉਹ ਦੇਖਣਾ ਚਾਹੁੰਦੇ ਸੀ ਉਸ ਕਿਸਮ ਦਾ ਦੇਸ਼ ਕੀ ਬਣਿਆ, ਜੇ ਨਹੀਂ ਬਣਿਆ ਤਾਂ ਉਹਦੇ ਸਿਸਟਮ ਦੇ ਵਿੱਚ ਕੀ ਕਮੀਆਂ ਰਹਿ ਗਈਆਂ, ਤਾਂ ਉਹਦੇ ਵਾਸਤੇ ਸਾਨੂੰ ਜ਼ਰੂਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ, ਐਫਰਟਸ ਕਰਨੀਆਂ ਚਾਹੀਦੀਆਂ ਨੇ, ਉਪਰਾਲੇ ਕਰਨੇ ਚਾਹੀਦੇ ਨੇ। ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਕਦੇ ਵੀ ਇਹ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ, ਪਰ ਉਹਨਾਂ ਨੂੰ ਇਹ ਹਮੇਸ਼ਾ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੋ ਜਿਹੇ ਹੱਥਾਂ 'ਚ ਜਾਊਗਾ, ਕਿਹੜੇ ਹੱਥਾਂ 'ਚ ਜਾਊਗਾ। ਅਤੇ ਉਹਨਾਂ ਦੀ ਉਹ ਚਿੰਤਾ ਜਿਹੜੀ ਆ ਉਹ ਬਿਲਕੁਲ ਸਹੀ ਸਾਬਤ ਵੀ ਹੋਈ ਕਿ 75 ਸਾਲ ਬਾਅਦ ਵੀ ਅੱਜ ਆਜ਼ਾਦੀ ਤੋਂ ਅੱਜ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਬਾਹਰਲੇ ਮੁਲਕਾਂ ਨੂੰ ਜਾਣਾ, ਜਿਨ੍ਹਾਂ ਅੰਗਰੇਜ਼ਾਂ ਨੂੰ ਕੱਢਣ ਲਈ ਸ਼ਹੀਦ ਆਜ਼ਮ ਹੋਰਾਂ ਨੇ ਫਾਂਸੀ ਦੇ ਰੱਸੇ ਚੁੰਮੇ, ਹਜ਼ਾਰਾਂ ਗਦਰੀ ਬਾਬਿਆਂ ਵਰਗੇ ਯੋਧਿਆਂ ਨੇ ਆਪਣੀਆਂ ਜਵਾਨੀਆਂ, ਆਪਣੇ ਕਾਰੋਬਾਰ ਦੇਸ਼ ਦੇ ਲੇਖੇ ਲਾਏ, ਅਤੇ ਅੱਜ ਅਸੀਂ ਉਹਨਾਂ ਕੋਲ ਹੀ ਜਾਣ ਲਈ ਤਰਸ ਰਹੇ ਹਾਂ। ਤਾਂ ਇਹਦਾ ਮਤਲਬ ਸਾਡੇ ਸਿਸਟਮ 'ਚ ਕੋਈ ਨਾ ਕੋਈ ਕਮੀ ਹੈ, ਤਾਂ ਅਸੀਂ ਉਹਨੂੰ ਜੇ ਠੀਕ ਕਰ ਲਈਏ ਤਾਂ ਇਸ ਦੇਸ਼ ਵਰਗਾ ਦੇਸ਼ ਕੋਈ ਹੈ ਨਹੀਂ। ਸੋ ਅਸੀਂ ਉਸ ਸਿਸਟਮ ਦੇ ਵਿੱਚ ਕਮੀਆਂ ਜਿਹੜੀਆਂ ਨੇ ਉਹ ਹੌਲੀ ਹੌਲੀ ਦੂਰ ਕਰ ਰਹੇ ਹਾਂ, 70-75 ਸਾਲ ਦਾ ਤਾਣਾ ਜਿਹੜਾ ਉਲਝਿਆ ਹੋਇਆ ਉਹਨੂੰ ਸੁਲਝਾ ਰਹੇ ਹਾਂ। ਭਾਵੇਂ ਉਹ ਭ੍ਰਿਸ਼ਟਾਚਾਰ ਹੈ, ਭਾਵੇਂ ਉਹ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ, ਭਾਵੇਂ ਕਾਰੋਬਾਰ ਨੂੰ, ਪੰਜਾਬ ਦੇ ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ, ਛੋਟਿਆਂ ਨੂੰ, ਮਜ਼ਦੂਰਾਂ ਨੂੰ, ਉਹਨਾਂ ਨੂੰ ਬਣਦਾ ਮਾਨ ਸਨਮਾਨ ਮਿਲੇ, ਉਹਨਾਂ ਦੇ ਚੁੱਲ੍ਹਿਆਂ ਦੀ ਅੱਗ ਜਿਹੜੀ ਹੈ ਉਹ ਮੱਚਦੀ ਰਹੇ, ਬਲਦੀ ਰਹੇ,
और इंफ्रास्ट्रक्चर बिजली पखों असी जिहड़े आत्म निर्भर होइए सब नूं मुढ़लियां जिहड़ियां सुविधावां ने वो मिलन। सब तो वड्डी गल है एजुकेशन जिहदा कि असी नंबर वन ते रख्या होया टीचा अपना। सो सिक्ख्या जे वड्डी हो जाए सिक्ख्या जे उच्ची हो जाए वो कहिंदे आ कि विद्या मनुख दा तीजा नेत्र है, विद्या विचारी तां परोपकारी। सो परोपकारी विद्या नूं परोपकार करन लई असी जे उहदा पद्धर उच्चा चक्कीए तां अज साडे स्टूडेंट जिहड़े ने साडा टैलेंट जिहड़ा उह किते होर ना भजे, इत्थे ही डिग्रियां करन, इत्थे ही उहनां नूं नौकरियां डिग्रियां मुताबक मिलन, ते इत्थे ही अपने परिवारां दे विच उह जिहड़ा उह रहि के अपना तरक्कियां करन। सो अज शहीदां दे दिन तों उहनां दी समाधि ते आ के यही दिल दे विच चीस उठदी है कि हजे तक उहनां दे सुपने जिहड़े ने उह पूरे नहीं हो सके, ते अपने वल्लों असीं कोशिश करिए, सारे मिल के कोशिश करिए, भावें उह प्रशासनिक अधिकारी ने, भावें उह पुलिस दे विच ने, भावें उह NGOs ने, भावें उह समाजिक संस्थावां ने, भावें उह राजनीतिक लोक ने, कि आपां शहीदां दे नां ते जदों भी कोई गल चलदी है तां उहदा सर्वसंमति नाल उहदी सपोर्ट करिए। असीं एक साल दे विच शहीद भगत सिंह होरां दे नां ते बड़ा देर तो लटकदा आ रहा मसला जिहड़ा एयरपोर्ट दा, शहीद भगत सिंह इंटरनेशनल एयरपोर्ट मोहाली, उहदा नाम जिहड़ा असीं रखवाया और साडियां कोशिशां नूं बूर पिया, ते बड़ा वड्डा एक 30 फुट तों उपर एक बड़ा वड्डा स्टैचू शहीद आजम भगत सिंह दा उत्थे लगेगा इंटरनेशनल एयरपोर्ट जिहड़ा मोहाली दे विच है। ते कल ही असीं मता पास कीता विधानसभा दे विच, मेरे कुछ कुलीग साथी भी इत्थे खड़े ने फिरोजपुर देहाती तों, फिरोजपुर शहरी तों, ते साडे मानयोग कैबिनेट मंत्री साहब, स्पोर्ट्स मिनिस्टर ते यूथ अफेयर्स मिनिस्टर जिहड़े ने मीत हेयर जी खड़े ने। कल असीं हलवारे वाले एयरपोर्ट दा नाम शहीद करतार सिंह सराभा एयरपोर्ट नाम रखण दा जिहड़ा फैसला प्रस्ताव पास कीता है, क्योंकि असीं तां आउणे जाणे आ, सरकारां आउणियां जाणियां ने, लीडर आउणे जाणे ने, पर शहीद जिहड़े ने उह हमेशा अमर ने। आम तौर ते देखिया जांदा राजनीतिक लोकां दे नां ते यूनिवर्सिटियां दे नाम, कालजां दे नाम जां होर संस्थावां दे नाम रख दिंदे आ। मैनूं लगदा जिन्हां ने देश लै के दित्ता सी सानूं उहनां दे नावां ते रखणा चाहीदा, क्योंकि साडी उम्र दा एक पड़ा है, कोई 70 साल, कोई 80 साल, कोई 90 साल, 100 साल तक भी जिउंदे आ लोक, पर उस तों बाद अगली पीढ़ी आ जाती है, साडियां कई पीढ़ियां लंघ जाणगियां, बजुर्ग भी हो जाएंगे वो, पर भगत सिंह 23 साल दी रहेंगे, राजगुरु सुखदेव होरी 23-22 साल दी रहेंगे, शहीद करतार सिंह सराभा 19 साल दी रहेंगे। सो जिन्हां ने ये लिखिया कि इस कदर जानती है मेरी तबीयत के बारे में मेरी कलम, भगत सिंह लिखते ने, इस कदर जानती है मेरी तबीयत के बारे में मेरी कलम कि इश्क भी लिखता हूँ इनकलाब लिखा जाता है। सो जिहड़े इस तरह के लोग 23 साल की उम्र, मैं सोचता हुंदा 23 साल की उम्र तो फांसी होगी, 17 साल की उम्र च भारत नौजवान सभा ज्वाइन की थी, 5-6 साल की उम्र च ही किन्ना कुछ सानू दस गए, किन्ना उन्हां दी वड्डी सोच, जेल दियां डायरियां, उन्हां दियां चिट्ठियां, किन्ना कुछ उन्होंने लिखिया, ते कुरबानी का किन्ना जज्बा सी। तो उस उम्र 20-22 साल की उम्र अज का नौजवान जिहड़ा वो अपने माता पिता तो मोटरसाइकिल मंगता है, मैनू मोटरसाइकिल लैके दिओ, तो भगत सिंह होरी मुल्क मंगते सी कि साडा मुल्क छड के जाओ, अंग्रेज़ां नूं कहिंदे सी असीं आप इस मुल्क दे मालक हां, असीं आप वोटां पावांगे, असीं आप लीडर चुणांगे। इस करके वोट दा अधिकार जिहड़ा उह शहीद आजम भगत सिंह वर्गे हज़ारां योधिआं ने सानू अपना खून दे के वह वोट दा अधिकार सानू दित्ता है। वह वोटर कार्ड नूं तुसीं ऐवें ना समझिया करो कि जिहड़ा भी आ गया किसी ने 1000 देता तो वोटर कार्ड फड़ाता उन्हूं, जां किसी ने 5000 देता, जां कोई कोई होर किस्म दा लालच दे के तुहाडे तों वोटर कार्ड जिहड़ा उहदा गलत इस्तेमाल करवा लिया। बस ये सोच लिया करो ये वोटर कार्ड जिहड़ा ये जे असीं बेचदे हाँ
ਤਾਂ ਸਮਝ ਲਓ ਵੋਟਰ ਕਾਰਡ ਜਾਂ ਵੋਟ ਨਹੀਂ ਵੇਚ ਰਹੇ, ਅਸੀਂ ਸ਼ਹੀਦਾਂ ਦੇ ਖੂਨ ਦਾ ਸਸਤਾ ਸੌਦਾ ਕਰ ਰਹੇ ਹਾਂ। ਇਹਦੇ ਨਾਲ ਤਾਂ ਆਪਦੀ ਮਰਜ਼ੀ ਨਾਲ ਪਾ ਦਿਓ, ਜਿਹਨੂੰ ਮਰਜ਼ੀ ਪਾਇਓ ਪਰ ਆਪਦੀ ਮਰਜ਼ੀ ਨਾਲ ਪਾਓ, ਤਾਂ ਕਿ ਸ਼ਹੀਦਾਂ ਦੀ ਆਤਮਾ ਨੂੰ ਇੱਕ ਸ਼ਾਂਤੀ ਮਿਲੇ ਕਿ ਜਿਸ ਮੁਲਕ ਲਈ ਅਸੀਂ ਕੁਰਬਾਨੀ ਦਿੱਤੀ, ਜਿਸ ਮੁਲਕ ਦੇ ਲੋਕਤੰਤਰ ਲੈ ਕੇ ਆਉਣ 'ਚ ਅਸੀਂ ਕੁਰਬਾਨੀ ਦਿੱਤੀ, ਉਹ ਲੋਕਤੰਤਰ ਹਜੇ ਚੱਲ ਰਿਹਾ। ਸੋ ਮੈਂ ਬਤੌਰ ਮੁੱਖ ਮੰਤਰੀ ਸਾਡੀ ਸਰਕਾਰ ਵੱਲੋਂ ਵੀ ਤੁਹਾਡੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਤਰੱਕੀ ਦਾ ਵਰ੍ਹਾ ਹੈ, ਤਰੱਕੀ ਕਰਾਂਗੇ। ਆਪਣੇ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ, ਆਪਣੇ ਬੱਚਿਆਂ ਦੇ ਹੱਥਾਂ 'ਚ ਕੰਪਿਊਟਰ, ਆਪਣੇ ਬੱਚਿਆਂ ਦੇ ਹੱਥਾਂ 'ਚ ਲੈਪਟੋਪ, ਆਪਣੇ ਬੱਚਿਆਂ ਦੇ ਹੱਥਾਂ 'ਚ ਜੋਬ ਲੈਟਰਸ, ਇਹ ਹੋਣੇ ਚਾਹੀਦੇ ਹੈ। ਬੱਚਿਆਂ ਦੇ ਹੱਥਾਂ 'ਚ ਕੋਈ ਆਪਾਂ ਕੋਈ ਗੈਰ ਕਾਨੂੰਨੀ ਚੀਜ਼ਾਂ ਜਾਂ ਬੱਚਿਆਂ ਦੇ ਹੱਥਾਂ 'ਚੋਂ ਟੀਕੇ ਜਿਹੜੇ ਡਰੱਗ ਵਾਲੇ ਲੱਗਦੇ ਨੇ ਉਹ ਆਪਾਂ ਜਿਹੜੇ ਨੇ ਲੈ ਕੇ ਬੱਚਿਆਂ ਨੂੰ ਸਹੀ ਰਸਤੇ 'ਤੇ ਪਾਉਣਾ। ਕਈ ਵਾਰੀ ਬੁਰੀ ਸੰਗਤ 'ਚ ਆ ਕੇ ਭਟਕ ਜਾਂਦੇ ਨੇ ਕੁਛ ਸਮੇਂ ਲਈ, ਪਰ ਕੋਈ ਗੱਲ ਨਹੀਂ, ਅਸੀਂ ਬਹੁਤ ਵੱਡੇ ਪੱਧਰ 'ਤੇ ਡਰੱਗ 'ਤੇ ਵੀ ਜਿਹੜਾ ਉਹ ਚਲਾ ਰਹੇ ਹਾਂ ਮੁਹਿੰਮ ਕਿ ਕਿਸੇ ਵੀ ਲੈਵਲ 'ਤੇ ਅਸੀਂ ਉਸ ਨੂੰ ਰੋਕਣ 'ਚ ਕਾਮਯਾਬ ਹੋਈਏ। ਪੁਲਿਸ ਦੇ ਵਿੱਚ ਭਰਤੀ ਜਿਹੜੀ ਹੈ ਹਰ ਸਾਲ 2100 ਦੇ ਕਰੀਬ ਜਵਾਨ ਜਿਹੜੇ ਨੇ ਉਹ ਭਰਤੀ ਕੀਤੇ ਜਾਣਗੇ, ਤਾਂ ਕਿ ਨੌਜਵਾਨਾਂ ਦੇ ਵਿੱਚ ਭਰਤੀ ਹੋਣ ਦਾ ਜਜ਼ਬਾ ਹੋਵੇ, ਉਹ ਡਰੱਗਸ ਤੋਂ ਦੂਰ ਹੋਣ ਅਤੇ ਉਹ ਖੇਡਾਂ ਵੱਲ ਜਾਣ। ਖੇਡਾਂ ਵਤਨ ਪੰਜਾਬ ਦੀਆਂ ਮਾਣਯੋਗ ਮੰਤਰੀ ਜੀ ਉਹਨਾਂ ਦੇ ਅਗਵਾਈ ਦੇ ਵਿੱਚ ਹੋਈਆਂ, ਅਤੇ ਸੰਯੋਗ ਨਾਲ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਸਪੋਰਟਸ ਸੀਗੇ, ਡਾਇਰੈਕਟਰ ਸਪੋਰਟਸ ਸੀਗੇ ਉਸ ਵੇਲੇ, ਇਹਨਾਂ ਨੇ ਬੜੀ ਸਫਲਤਾਪੂਰਵਕ ਕਰਾਈਆਂ। ਲੱਖਾਂ ਬੱਚੇ ਅਤੇ ਲੱਖਾਂ 30 ਸਾਲ ਤੋਂ ਉੱਪਰ ਦੇ 40 ਸਾਲ ਤੋਂ ਉੱਪਰ ਦੇ ਬੰਦੇ ਉਹਨਾਂ ਨੇ ਖੇਡਾਂ 'ਚ ਹਿੱਸਾ ਲਿਆ। ਤਾਂ ਪਹਿਲੀ ਵਾਰ ਹੋਇਆ ਕਿ ਖੋ ਖੋ, ਗੋਲਾ ਸੁੱਟਣਾ, ਉੱਚੀ ਛਾਲ, ਲੰਬੀ ਛਾਲ, ਜਿਮਨਾਸਟਿਕ, ਇਹ ਵੀ ਖੇਡਾਂ ਦੇ ਵਿੱਚ ਸ਼ਾਮਿਲ ਹੋਇਆ, ਨਹੀਂ ਤਾਂ ਭੁੱਲ ਹੀ ਗਏ ਸੀ। ਸੋ ਆਉਣ ਵਾਲੇ ਦਿਨਾਂ 'ਚ PT ਮਾਸਟਰਾਂ ਦੀਆਂ ਜਿਹੜੀਆਂ ਸੀਟੀਆਂ ਨੇ ਉਹ ਵੀ ਸਰਕਾਰੀ ਸਕੂਲਾਂ 'ਚ ਸੁਣਨ ਨੂੰ ਮਿਲਣਗੀਆਂ, ਕਿਉਂਕਿ ਜਦੋਂ ਅਸੀਂ ਸਕੂਲ ਬਣਾਵਾਂਗੇ ਸਾਨੂੰ ਟੀਚਰ ਵੀ ਚਾਹੀਦੇ ਨੇ, ਅਤੇ ਟੀਚਰ ਸਾਡੇ ਜਿਹੜੇ ਨੇ ਧਰਨੇ ਦੇਈ ਜਾਂਦੇ ਨੇ। ਸੋ ਮੈਂ ਮਾਸਟਰਾਂ ਦੀ ਇੱਕ ਯੂਨੀਅਨ ਹੈ, ਉਹਨਾਂ ਨੂੰ ਵੀ ਮੈਂ ਯਕੀਨ ਦਿਵਾਉਂਦਾ, ਔਰ ਜਿੰਨੇ ਵੀ ਇਸ ਵਕਤ ਸਪੈਸ਼ਲਿਸਟ ਨੇ ਕੋਈ ਨਾ ਕੋਈ ਕੰਮ ਧੰਦਾ ਸਿੱਖੇ ਹੋਏ ਨੇ ਪਰ ਕੋਈ ਨਾ ਕੋਈ ਤਲਵਾਰ ਲਟਕਦੀ ਹੈ ਕੋਰਟ ਦੀ ਜਾਂ ਕਿਸੇ ਪਾਸਿਓਂ ਵੀ ਕੋਈ ਲੀਗਲੀ, ਅਸੀਂ ਉਹ ਸਾਰਾ ਰਸਤਾ ਕਲੀਅਰ ਕਰਾ ਕੇ ਕੰਮ 'ਤੇ ਉਹਨਾਂ ਨੂੰ ਲਾਵਾਂਗੇ ਜਿਹੜੇ ਕੰਮ ਜਾਣਦੇ ਨੇ। ਜਿਵੇਂ ਮੈਂ ਇੱਕ ਇਗਜ਼ਾਮਪਲ ਦੇ ਦਾਂ, ਕਰੋਨਾ ਵਾਰੀਅਰਸ ਨੇ, ਲੱਖਾਂ ਉਹ 'ਚ ਹਜ਼ਾਰਾਂ ਮੁੰਡੇ ਕੁੜੀਆਂ ਨੇ, ਉਹ ਉਸ ਵੇਲੇ ਜਿਸ ਵੇਲੇ ਕਰੋਨਾ ਆਇਆ ਤਾਂ ਉਹਨਾਂ ਨੂੰ ਪ੍ਰਾਈਵੇਟ 'ਚੋਂ ਜੋਬ ਹਟਾ ਕੇ ਸਰਕਾਰੀ 'ਚ ਰੱਖ ਲਿਆ ਕਿ ਜੀ ਤੁਹਾਡੀ ਲੋੜ ਹੈ, ਅਤੇ ਜਦੋਂ ਹੀ ਕਹਿਤਾ ਵੀ ਕਰੋਨਾ ਖਤਮ ਹੋ ਗਿਆ ਉਹਨੂੰ ਕਹਿੰਦੇ ਜਾਓ ਜੀ। ਸੋ ਉਹ ਕਿੱਥੇ ਜਾਣਗੇ ਫਿਰ, ਉਹ ਨਾ ਤਾਂ ਪ੍ਰਾਈਵੇਟ ਨੇ ਰੱਖਣੇ ਦੁਬਾਰੇ ਹੁਣ ਉਹ। ਸੋ ਉਹਨਾਂ ਅੱਛਾ ਪੋਸਟਾਂ ਉਹਨਾਂ ਦੀਆਂ ਹੈਗੀਆਂ ਨੇ ਖਾਲੀ, ਜਦੋਂ ਹੋਵੇ ਨਾ ਕੋਈ ਐਕਸਟਰਾ ਰੱਖਣੇ ਨੇ, ਪੋਸਟਾਂ ਉਹਨਾਂ ਦੀਆਂ ਖਾਲੀ ਨੇ। ਮੈਂ ਉਹਨਾਂ ਨੂੰ ਪਟਿਆਲੇ ਵੀ ਮਿਲਿਆ ਸੀ ਜਦੋਂ ਉਹ ਕੁੜੀਆਂ ਨੇ ਧਰਨਾ ਦਿੱਤਾ ਸੀ, ਛੱਤ 'ਤੇ ਚੜ ਗਈਆਂ ਸੀ। ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ, ਯਕੀਨ ਰੱਖੋ ਸਾਡੇ 'ਤੇ, ਕੋਈ ਇਸ ਤਰ੍ਹਾਂ ਦਾ ਬਿਲਕੁਲ ਵੀ ਕੋਈ ਐਕਸ਼ਨ ਨਾ ਲਿਓ ਜਾਂ ਇਸ ਤਰ੍ਹਾਂ ਦਾ ਕੋਈ ਕਦਮ ਨਾ ਚੁੱਕ ਲਿਓ ਕਿ ਜਿਹਦੇ ਨਾਲ ਤੁਹਾਡੇ ਪਰਿਵਾਰ ਨੂੰ ਜਾਂ ਸਮਾਜ ਨੂੰ ਕੋਈ ਪਛਤਾਵਾ ਹੋਵੇ। ਸਾਰਿਆਂ ਨੂੰ ਨੌਕਰੀਆਂ ਮਿਲਣਗੀਆਂ, ਕੱਚੀਆਂ ਤੋਂ ਪੱਕੀਆਂ ਮਿਲਣਗੀਆਂ, ਔਰ ਨਵੀਆਂ ਨੌਕਰੀਆਂ ਕੱਢਾਂਗੇ ਤਾਂ ਉਹ ਵੀ ਜਿਹੜੇ ਆ ਪਾਰਦਰਸ਼ੀ ਹੋਣਗੀਆਂ, ਮੈਰਿਟ ਦੇ ਆਧਾਰ 'ਤੇ ਨੌਕਰੀ ਮਿਲੂਗੀ। ਤੁਹਾਡੇ ਵੀ ਬਹੁਤ ਸਾਰੇ ਦੋਸਤ ਮਿੱਤਰ ਹੋਣਗੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਨੂੰ ਨੌਕਰੀ ਮਿਲ ਗਈ ਹੋਣੀ। ਮੈਨੂੰ ਦਾਈਆ ਸਾਹਿਬ ਨੇ ਇੱਥੇ ਬੋਲਿਆ ਸੀਗਾ, ਦਲੀਪ ਸਿੰਘ ਸਰ, ਕੋਈ ਦਲੀਪ ਸਿੰਘ ਨਾਂ ਦੇ ਦਲਿਤ ਪਰਿਵਾਰ ਹੈ, ਹੈਂਜੀ, ਹਰਾਜ ਪਿੰਡ ਤੋਂ, ਹਰਾਜ ਪਿੰਡ ਤੋਂ। ਇੱਕੋ ਘਰ 'ਚ 2 ਨੌਕਰੀਆਂ ਮਿਲ ਗਈਆਂ ਜੀ, ਉਹਨਾਂ ਦੀ ਨੂੰਹ ਨੂੰ ਅਤੇ ਉਹਨਾਂ ਦੀ ਬੇਟੀ ਨੂੰ, ਅਤੇ ਪੇਪਰ ਦਿੱਤੇ ਸੀਗੇ, ਨਾ ਕਿਸੇ ਨੂੰ, ਨਾ MLA ਸਾਹਿਬ ਤੱਕ ਪਹੁੰਚ ਕਰਨ ਦੀ ਲੋੜ ਪਈ ਉਹਨਾਂ ਨੂੰ, ਨਾ ਹੀ ਕਿਸੇ ਨੂੰ ਪੈਸੇ ਦੇਣ ਦੀ ਲੋੜ ਪਈ। ਪੇਪਰ ਦਿੱਤੇ, ਮੈਰਿਟ 'ਚ ਆਏ, ਇੱਕ ਘਰ 'ਚ 2 ਨੌਕਰੀਆਂ ਵੀ ਮਿਲ ਗਈਆਂ। ਸੋ ਜੇ ਕੋਈ ਮਿਹਨਤ ਕਰੂਗਾ ਤਾਂ ਅੱਗੇ ਨੌਕਰੀਆਂ ਪਾਲੂਗਾ। ਸੋ ਅੱਜ ਦੇ ਦਿਨ ਮੈਂ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੰਦਾ, ਨਾਲ ਨਾਲ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਪਾਏ ਹੋਏ ਕਦਮ ਚਿੰਨ੍ਹਾਂ 'ਤੇ ਚੱਲਣ ਦਾ ਜਿਹੜਾ ਉਪਰਣ ਵੀ ਕਰਦੇ ਹਾਂ, ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਓ ਆਪਾਂ ਸ਼ਹੀਦਾਂ, ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਨੂੰ ਜਿਹੜਾ ਉਹਨੂੰ ਹੋਰ ਉੱਚਾ, ਉਹਦਾ ਮਾਣ ਵਧਾਈਏ, ਉਹਦੀ ਸ਼ਾਨ ਵਧਾਈ। ਪਹਿਲੀ ਗੱਲ ਤਾਂ ਜੀ, ਉਹ ਆਉਂਦੀ ਨਹੀਂ ਸੀ ਇੱਥੇ, ਕੋਈ ਮੁੱਖ ਮੰਤਰੀ ਇੱਥੇ ਪਹਿਲਾਂ ਆਉਂਦੇ ਨਹੀਂ ਸੀ। ਉਹ ਤਾਂ ਉਹਨਾਂ ਦੇ ਮਹਿਲ, ਉਹਨਾਂ ਦੀਆਂ ਕੰਧਾਂ ਬਹੁਤ ਉੱਚੀਆਂ ਸੀ, ਉਹਨਾਂ ਦੇ ਦਰਵਾਜ਼ੇ ਬਹੁਤ ਉੱਚੇ ਸੀ, ਉਹਨਾਂ ਦੇ ਕੁੰਡੇ ਬਹੁਤ ਵੱਡੇ ਸੀ ਜਿਹੜੇ ਅੰਦਰੋਂ ਬੰਦ ਕਰਕੇ ਰੱਖੇ। ਤਾਂ ਫਿਰ ਲੋਕਾਂ ਨੇ ਉਹਨਾਂ ਦੇ ਕੁੰਡੇ ਬਾਹਰੋਂ ਬੰਦ ਕਰਤੇ ਕਿ ਤੁਸੀਂ ਅੰਦਰ ਹੀ ਰਹੋ, ਹੁਣ ਤੁਸੀਂ ਨਿਕਲ ਨਹੀਂ ਸਕਦੇ। ਸੋ ਅਸੀਂ ਤਾਂ ਆਮ ਘਰਾਂ ਦੇ ਮੁੰਡੇ ਹਾਂ, ਅਸੀਂ ਤਾਂ ਆਮ ਘਰਾਂ ਤੋਂ ਆਏ ਹੋਏ ਹਾਂ, ਅਸੀਂ ਤਾਂ ਸ਼ਹੀਦਾਂ ਦੇ ਡਰਾਮੇ ਦੇਖ ਦੇਖ ਕੇ ਵੱਡੇ ਹੋਏ ਹਾਂ। ਜਦੋਂ ਸ਼ਹੀਦ ਭਗਤ ਸਿੰਘ 'ਤੇ ਕੋਈ ਇਕਾਂਗੀ ਹੁੰਦੇ ਸੀ,
ਪੜ੍ਹ ਪੜ੍ਹ ਕੇ ਵੱਡੇ ਹੋਏ ਹਾਂ ਅਤੇ ਮੂੰਹ ਜਵਾਨੀ ਯਾਦ ਨੇ ਸਾਨੂੰ ਉਹਨਾਂ ਦੇ ਜਨਮ ਦਿਨ, ਉਹਨਾਂ ਦੇ ਮਰਨ ਦਿਨ, ਉਹਨਾਂ ਦੇ ਸ਼ਹੀਦੀ ਦਿਨ। ਸੋ ਸਾਡੇ ਲਈ ਇਹ ਇੱਕ ਫਰਜ਼ ਹੈ, ਉਹਨਾਂ ਲਈ ਸ਼ਾਇਦ ਕੋਈ ਇਹ ਦਿਖਾਵਾ ਹੋਵੇ। ਸੋ ਜਿਹੜਾ ਹੁਸੈਨੀ ਵਾਲਾ ਦਾ ਇਸ ਸਮਾਰਕ ਹੈ, ਇਹਨੂੰ ਵੀ ਅਸੀਂ ਇੱਕ ਬਤੌਰ ਇੱਕ ਲੋਕ ਆਉਣ, ਪੰਜਾਬ ਤੋਂ ਨਹੀਂ ਬਾਹਰਲੇ ਸੂਬਿਆਂ ਤੋਂ ਵੀ ਲੋਕ ਆਉਣ, ਬਾਹਰਲੇ ਮੁਲਕਾਂ 'ਚੋਂ ਵੀ ਆਉਣ ਅਤੇ ਦੇਖਣ ਆ ਕੇ ਕਿ ਸਾਡੇ ਸ਼ਹੀਦਾਂ ਦੀ ਇੱਥੇ ਯਾਦਗਾਰ ਬਣੀ ਹੋਈ ਹੈ, ਜਿੱਥੇ ਉਹਨਾਂ ਨੂੰ ਜਿਹੜੀ ਉਹਨਾਂ ਦੀਆਂ ਚਿਤਾਵਾਂ ਜਲਾਉਣ ਦੀ ਕੋਸ਼ਿਸ਼ ਕੀਤੀ ਗਈ। ਸਰੀਰ ਤਾਂ ਜਲਾ ਲਉਂਗੇ ਪਰ ਸੋਚ ਨੂੰ ਕਿੱਥੇ ਲੈ ਕੇ ਜਾਵਾਂ, ਸੋਚ ਤਾਂ ਬਚੂਗੀ ਨਾ। ਸੋ ਇਸ ਕਰਕੇ ਕਹਿੰਦੇ ਆ ਕਿ ਆਦਮੀ ਬੜਾ ਸਾਲੋਂ ਸੇ ਨਹੀਂ, ਆਦਮੀ ਬੜਾ ਖਿਆਲੋਂ ਸੇ ਹੋਤਾ ਹੈ। 23 ਸਾਲ ਦੇ ਉਮਰ 'ਚ ਇੰਨੇ ਵੱਡੇ ਖਿਆਲ ਸੀ ਤਾਂ ਵੱਡੇ ਨੇ। ਫਿਰੋਜ਼ਪੁਰ ਦੀ ਡਿਵੈਲਪਮੈਂਟ ਵਾਸਤੇ ਡੀ ਸਾਹਿਬ ਨੂੰ ਆਹ ਜਿਹੜਾ ਮਿਊਜ਼ੀਅਮ ਹੈ ਇੱਥੇ ਵੀ ਅਤੇ ਫਿਰੋਜ਼ਪੁਰ ਸ਼ਹਿਰਗਲ ਵੀ ਫਿਰੋਜ਼ਪੁਰ ਜਿਹੜਾ ਉਹਨੂੰ ਵੀ ਇੱਕ ਟੈਂਟ ਸਿਟੀ ਇੱਥੇ ਬਣਾਉਣ ਲੱਗੇ ਹਾਂ ਅਤੇ ਨਾਲ ਫਿਰੋਜ਼ਪੁਰ ਨੂੰ ਇੱਕ ਟੂਰਿਜ਼ਮ ਸਿਟੀ ਦੇ ਤੌਰ 'ਤੇ ਡਿਵੈਲਪ ਕਰਾਂਗੇ। ਜਿਵੇਂ ਅਸੀਂ ਖਟਕੜ ਕਲਾਂ ਜਾਂ ਫਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, ਉੱਥੇ ਜਲ੍ਹਿਆਂਵਾਲਾ ਬਾਗ ਹੈ, ਉੱਥੇ ਵਾਰ ਮਿਊਜ਼ੀਅਮ ਹੈ, ਇਸ ਤਰ੍ਹਾਂ ਦੀਆਂ ਕੋਈ ਇਤਿਹਾਸਿਕ ਚੀਜ਼ਾਂ ਜਿਹੜੀਆਂ ਇੱਥੇ ਵੀ ਆ ਕੇ ਰੱਖੀਏ ਤਾਂ ਕਿ ਲੋਕ ਜਿਹੜੇ ਨੇ ਉਹ ਫਿਰੋਜ਼ਪੁਰ ਆਉਣ, ਫਿਰੋਜ਼ਪੁਰ ਆ ਕੇ ਦੇਖਣ ਸ਼ਹੀਦਾਂ ਦੀਆਂ ਯਾਦਗਾਰਾਂ ਇੱਥੇ ਪਈਆਂ ਹੋਣ। ਟ੍ਰੇਨ ਦਾ ਜਿਹੜਾ ਉਹ ਚੱਲਦਾ ਹੈ ਉਹ ਵੀ ਇੱਕ ਇਤਿਹਾਸਿਕ ਚੀਜ਼ ਹੈ, ਉਹਨੂੰ ਹੋਰ ਅਪਡੇਟ ਕਰੀਏ ਅੱਜ ਦੇ ਜ਼ਮਾਨੇ ਮੁਤਾਬਕ। ਸੋ ਅਸੀਂ ਕੋਈ ਵੱਡੀ ਇੰਡਸਟਰੀ ਪ੍ਰੋਮੋਸ਼ਨ ਲੈ ਰਿਹਾ ਹੈ, ਸਵਾਲਾ ਬੜਾ ਇੰਪੋਰਟੈਂਟ ਬਾਜੂ ਨਹੀਂ ਹੈ ਫਿਰੋਜ਼ਪੁਰ ਵਾਸਤੇ, ਏਸ਼ੀਆ ਕੱਪ ਲੈ ਕੇ ਆਇਆ ਜੀ, ਦੂਜਾ ਲੰਬੀ ਛਾਲ ਗਿਆ, ਮੁੱਖ ਮੰਤਰੀ ਵੀ ਕੋਲ ਖੜੇ ਹੈਗੇ, ਹੁਣ ਵੀ ਕੱਲ ਵੀ ਉਹ ਦੁਬਾਰਾ ਜਿਹੜਾ ਉਹਨਾਂ ਦੇ ਵਿੱਚ ਖੇਡਾਂ ਹੋਈਆਂ ਉੱਥੇ ਵੀ ਮੈਡਲ ਲੈ ਕੇ, ਜਿਹੜਾ ਵੀ ਦੇਖੋ ਪੰਜਾਬ ਵੱਲੋਂ ਰੀਪ੍ਰਜੈਂਟ ਕਰੂਗਾ, ਚਾਹੇ ਦੇਸ਼ ਨੂੰ ਰੀਪ੍ਰਜੈਂਟ ਕਰੇ, ਪੰਜਾਬ ਨੂੰ ਰੀਪ੍ਰਜੈਂਟ ਕਰੇ ਨੈਸ਼ਨਲ ਗੇਮ 'ਚ, ਦੇਸ਼ ਨੂੰ ਰੀਪ੍ਰਜੈਂਟ ਕਰੇ ਇੰਟਰਨੈਸ਼ਨਲ ਗੇਮਸ ਦੇ ਵਿੱਚ। ਸੀਐਮ ਸਾਹਿਬ ਤੁਸੀਂ ਅਸੀਂ ਇੱਕ ਮਿੰਟ ਯੂਥ ਵਾਰਡ ਸ਼ਹਿਰ ਮੈਨੂੰ ਅਨਾਉਂਸ ਕੀਤੇ ਸੀਗੇ, ਮੈਨੂੰ ਇੱਕ ਮਿੰਟ ਪਹਿਲਾਂ ਤੋਂ ਜਵਾਬ ਹੈ ਨਾ, ਫਿਰ ਤੁਹਾਡੇ ਜੀ। ਸੋ ਅਸੀਂ ਉਹਨਾਂ ਖਿਡਾਰੀਆਂ ਨੂੰ ਐਪਰੀਸ਼ੀਏਟ ਕਰਾਂਗੇ, ਉਹਨਾਂ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ। ਗੋਲ ਕਰਨ ਗਿਆ ਜਦੋਂ ਡੀ 'ਚ ਖਿਡਾਰੀ ਜਾਂਦਾ, ਉਹਨੂੰ ਇਸ ਗੱਲ ਦੀ ਚਿੰਤਾ ਨਾ ਹੋਵੇ ਮੇਰੇ ਬੱਚੇ ਦੀ ਫੀਸ ਕੌਣ ਭਰੂਗਾ। ਘੱਟੋ ਘੱਟ ਉਹ ਇਸ ਗੱਲੋਂ ਆਤਮ ਨਿਰਭਰ ਹੋਵੇ ਕਿ ਮੈਂ ਖੇਡ ਰਿਹਾ ਤਾਂ ਦੇਸ਼ ਮੇਰੇ ਨਾਲ ਖੜ੍ਹਾ। ਪਹਿਲਾਂ ਹੁੰਦਾ ਸੀਗਾ ਕਿ ਖਿਡਾਰੀ ਜਿਹੜੇ ਸੀਗੇ ਉਹ ਇੰਟਰਨੈਸ਼ਨਲ ਅਵਾਰਡ ਜਿੱਤੇ ਆਉਂਦੇ ਸੀ, ਚਾਂਦੀ ਦੇ, ਸੋਨੇ ਦੇ, ਕਾਂਸੀ ਦੇ ਤਗਮੇ ਜਿੱਤੇ ਆਉਂਦੇ ਸੀ, ਜਿਹੜੇ ਉਹਨਾਂ ਨੂੰ ਕੈਸ਼ ਅਵਾਰਡ ਹੁੰਦੇ ਸੀ ਉਹ ਸਾਲ ਦੋ ਸਾਲ ਤਿੰਨ ਸਾਲ ਬਾਅਦ ਮਿਲਦੇ ਸੀ। ਉਹ ਖਿਡਾਰੀ ਕਹਿੰਦੇ ਅਸੀਂ ਵੀ ਭੁੱਲ ਜਾਂਦੇ ਸੀ ਵੀ ਇਹ ਕਿਹੜੇ ਮੈਡਲ ਦੇ ਰਹੇ ਨੇ ਸਾਨੂੰ। ਹੁਣ ਅਸੀਂ ਹੁਣ ਇਹ ਸਪੋਰਟਸ ਮਿਨਿਸਟਰ ਨਾਲ ਖੜ੍ਹੇ ਨੇ, ਅਸੀਂ ਇਹ ਫੈਸਲਾ ਕੀਤਾ ਜਦੋਂ ਹੀ ਕਾਮਨਵੈਲਥ ਖੇਡਾਂ ਖਤਮ ਹੋਈਆਂ 15 ਤੋਂ 20 ਦਿਨਾਂ ਦੇ ਵਿੱਚ ਕਾਮਨਵੈਲਥ ਦੇ ਜਿੰਨੇ ਵੀ ਪਾਰਟੀਸਪੈਂਟ ਵੀ, ਈਵਨ ਜੇ ਨਹੀਂ ਵੀ ਮੈਡਲ ਮਿਲਿਆ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਛੱਡ ਦਾਂਗੇ, ਉਹਨੇ ਐਫਰਟ ਕੀਤੀ ਪਾਰਟੀਸਪੈਂਟ ਨੂੰ ਵੀ, ਜਿਹੜਾ ਬ੍ਰੌਂਜ਼ ਮੈਡਲ ਨੂੰ ਵੀ, ਸਾਰੇ ਮੈਡਲ ਵਾਲੇ ਨੂੰ ਅਸੀਂ ਜਿੰਨੇ ਪੈਸੇ ਸਾਡੀ ਖੇਡ ਯੋਜਨਾ ਤਹਿਤ ਬਣਦੇ ਨੇ ਉਹ ਦਿੱਤੇ। ਪਿੱਛੇ ਜੇ ਇੱਕ ਫਰੀਦਕੋਟ ਦਾ ਪਰਮਜੀਤ ਕੁਮਾਰ ਨਾਂ ਦਾ ਇੱਕ ਮੁੰਡਾ ਹਾਕੀ ਦਾ, ਜਿਹੜਾ ਉਹਦੇ ਸੱਟ ਵੱਜ ਗਈ ਸੀ, ਨਹੀਂ ਤਾਂ ਉਹ ਵੀ ਇਸੇ ਬੈਚ 'ਚ ਹੀ ਹੁੰਦਾ ਜਿਹੜਾ ਬੈਚ ਹਾਕੀ ਖੇਡ ਰਿਹਾ। ਸੋ ਅਸੀਂ ਉਹਨੂੰ ਵੀ ਕੋਚ ਦੇ ਅਸਿਸਟੈਂਟ ਕੋਚ ਦੇ ਜਿਹੜੇ ਅਹੁਦੇ 'ਤੇ ਤਾਇਨਾਤ ਕਰਾਂਗੇ। ਔਰ ਜਿਹੜੇ ਸਪੋਰਟਸ ਵਾਲੇ ਨੇ, ਜਿਹੜੇ ਐਕਸ ਸਪੋਰਟਸਮੈਨ ਨੇ, ਉਹਨਾਂ ਤੋਂ ਵੀ ਖੇਡਾਂ ਪ੍ਰਤੀ ਜਿਹੜੀ ਖੇਡ ਦੇ ਸਪੈਸ਼ਲਿਸਟ ਨੇ ਉਹਨਾਂ ਤੋਂ ਅਸੀਂ ਸੇਵਾਵਾਂ ਲਵਾਂਗੇ। ਤੁਸੀਂ ਕਿਹਾ ਸੀਗਾ ਸ਼ਹੀਦ ਭਗਤ ਸਿੰਘ ਯੂਥ ਅਵਾਰਡ, ਜੀ ਅਸੀਂ 6 ਅਵਾਰਡ ਅੱਜ ਦੇ ਰਹੇ ਹਾਂ। ਤੁਸੀਂ 46 ਅਨਾਊਂਸ ਕੀਤੇ ਸੀ ਜੀ, ਦੇਖੋ ਜੀ ਹਰੇਕ ਜ਼ਿਲ੍ਹੇ 'ਚੋਂ 2 ਬੰਦਿਆਂ ਨੂੰ ਦੇਣੇ ਆ। ਨਹੀਂ ਦੇਖੋ ਟੌਪ 6 ਜਿਹੜੇ ਨੇ ਅਸੀਂ ਪਿੱਕ ਕੀਤੇ ਨੇ, ਪਰ ਸਰ ਤੁਸੀਂ 16 ਤਰੀਕ ਨੂੰ 29 ਬੰਦੇ ਸ਼ਾਰਟ, ਮੇਰੇ ਨਾਲ ਡਿਬੇਟ ਨਾ ਕਰੋ ਜੀ, ਅਸੀਂ ਇਹ ਬੰਦ ਪੈਕ ਚਲਾਏ ਨੇ ਪਹਿਲੀ ਗੱਲ ਤਾਂ, ਜੀ ਜੀ ਠੀਕ ਹੈ ਨਾ, ਪਹਿਲਾਂ ਇਹਨਾਂ ਬਾਰੇ ਕੋਈ ਨਹੀਂ ਪੁੱਛਦਾ ਸੀ। ਅਸੀਂ 30 ਨੰਬਰਾਂ ਤੋਂ ਉੱਪਰ ਵਾਲੇ ਜਿਹੜੇ ਪਿੱਕ ਕੀਤੇ ਨੇ, 30 ਨੰਬਰ ਜਿਨ੍ਹਾਂ ਦੇ ਬਣਦੇ ਨੇ, ਅਤੇ ਉਹਦੇ 'ਚ 6 ਨੇ, ਉਹਦੇ 'ਚੋਂ ਬਠਿੰਡੇ ਬਰਨਾਲੇ ਤੋਂ ਹੈ, ਕੁਛ ਮੋਹਾਲੀ ਤੋਂ ਹੈ, ਸੋ ਇੱਕ ਬਠਿੰਡੇ ਤੋਂ ਵੀ ਮੇਰੇ ਖਿਆਲ 'ਚ। ਸੋ ਅੱਜ ਇਹਨਾਂ ਉਹਨਾਂ ਨੂੰ ਅਵਾਰਡ ਦੇਵਾਂਗੇ, 50,000 ਰੁਪਇਆ ਵਿੱਚ ਨਾਲ ਉਹਨਾਂ ਦਾ ਪ੍ਰਮਾਣ ਪੱਤਰ ਹੈ, ਅਤੇ ਬਾਕੀ ਜਿਹੜਾ ਯੂਥ ਹੈ ਉਹਨੂੰ ਵੀ ਅਸੀਂ ਐਪਰੀਸ਼ੀਏਟ ਕਰਾਂਗੇ ਕਿ ਜ਼ਰੂਰੀ ਨਹੀਂ। ਦੇਖੋ ਪਤਾ ਕਿ ਉਹ ਜ਼ਿਲ੍ਹਾ ਵਾਈਜ਼ ਨਹੀਂ ਹੈਗੇ ਜੋ ਸਟੇਟ ਅਵਾਰਡ ਨੇ, ਸਟੇਟ ਅਵਾਰਡ 6 ਬੰਦਿਆਂ ਨੂੰ ਦਿੱਤਾ ਜਾ ਰਿਹਾ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਨੂੰ ਇਹ ਹੋਇਆ ਕਿ ਅਸੀਂ ਨੂੰ 11 ਕਰ ਲਈਏ, ਯੂਥ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਪਰੀਸ਼ੀਏਸ਼ਨ ਜਾਂਦੀ ਹੈ, ਪ੍ਰੇਰਨਾ ਪ੍ਰੇਰਿਤ ਹੁੰਦੇ ਨੇ ਨਾ ਮੁੰਡਿਆਂ ਤੋਂ ਕੁੜੀਆਂ ਤੋਂ ਕਿ ਅਸੀਂ ਵੀ ਯੂਥ ਅਵਾਰਡ ਦੇ ਵਿੱਚ ਅਪਲਾਈ ਕਰਨਾ ਅਤੇ ਅਸੀਂ ਵੀ ਜਿੱਤਣਾ। ਸੋ ਇਹ ਕੋਈ ਗੱਲ ਨਹੀਂ, ਉਹ ਜਿਹੜਾ ਉਹਦੇ 'ਚ ਵਾਧਾ ਕਰਨ 'ਚ ਸਾਨੂੰ ਕੋਈ ਹਰਜ ਨਹੀਂ ਹੈਗਾ। ਨਹੀਂ ਨਹੀਂ ਕੋਈ ਇਸ ਤਰ੍ਹਾਂ ਦੀ ਨਹੀਂ ਹੈਗੀ, ਕੋਈ ਮਰਜ਼ ਦੀ ਪਲੈਨਿੰਗ। ਪਿਛਲੀ ਵਾਰ ਵੀ ਇਹ ਸਵਾਲ ਪੁੱਛਿਆ ਤੁਸੀਂ, ਸੋ ਅਸੀਂ ਤਾਂ ਸਗੋਂ ਨਵੇਂ ਹੋਸਪਿਟਲ, ਨਵੇਂ ਸਕੂਲ, ਸਕੂਲ ਆਫ ਐਮੀਨੈਂਸ,
ਨਵੇਂ ਹਸਪੀਟਲ ਖੋਲ ਰਹੇ ਹਾਂ। ਅਸੀਂ ਕਿਸੇ ਨੂੰ ਕੋਈ ਮਰਜ਼ ਕਰ ਜਾਂ ਕੋਈ ਖਤਮ ਕਰਨ ਵੱਲ ਨਹੀਂ ਕਿਤੇ ਜਾ ਰਹੇ। ਪਹਿਲਾਂ ਵਾਲੀ ਸਰਕਾਰ ਦੀਆਂ ਪੋਲਿਸੀਆਂ ਸੀਗੀਆਂ ਕਿ ਆਹ ਸਕੂਲਾਂ ਦੇ ਵਿੱਚ ਬੱਚੇ ਘੱਟ ਨੇ, ਚਾਰ ਸਕੂਲ ਇਕੱਠੇ ਕਰ ਦਿਓ। ਇਹ ਨਹੀਂ ਦੇਖਦੇ ਸੀ ਉਹ ਬੱਚੇ ਕਿਉਂ ਘੱਟ ਨੇ, ਬੱਚਿਆਂ ਦੀ ਗਿਣਤੀ ਕਿਉਂ ਘੱਟ, ਡਰੋਪ ਆਊਟ ਦਾ ਕਾਰਨ ਕੀ ਹੈ। ਟੀਚਰ ਹੈਗੇ ਨੇ ਪਰ ਬੱਚੇ ਕਿਉਂ ਨਹੀਂ ਹੈਗੇ, ਕਿਉਂਕਿ ਪੇਰੈਂਟਸ ਦਾ ਯਕੀਨ ਨਹੀਂ ਬਣਦਾ ਸਰਕਾਰੀ ਸਕੂਲ 'ਚ ਪੜ੍ਹਾਉਣ ਦਾ। ਅਸੀਂ ਉਹ ਯਕੀਨ ਬਣਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਵੀ, ਜਿਵੇਂ ਦਿੱਲੀ ਦੇ ਵਿੱਚ ਹੁੰਦਾ, ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਕਿ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੀ ਜਿਹੜੀ ਐਡਮਿਸ਼ਨ ਹੈ ਉਹਦੇ ਵਾਸਤੇ ਸਿਫਾਰਿਸ਼ਾਂ ਆਉਂਦੀਆਂ ਨੇ, ਉਹਦੇ ਵਾਸਤੇ ਜਿਹੜਾ ਵੇਟਿੰਗ ਲਿਸਟ ਆਉਂਦੀ ਹੈ ਕਿ ਇੰਨੀ ਵੇਟਿੰਗ ਲਿਸਟ ਹੈ, ਕਿਉਂਕਿ ਲੋਕਾਂ ਦਾ ਵਿਸ਼ਵਾਸ ਵੱਧ ਗਿਆ। ਦਿੱਲੀ ਵਰਗੇ ਸ਼ਹਿਰ ਦੇ ਪ੍ਰਾਈਵੇਟ ਸਕੂਲ ਕਿੰਨੇ ਵੱਡੇ ਹੋਣਗੇ, ਜੇ ਉੱਥੋਂ ਹਟਾ ਹਟਾ ਕੇ ਬੱਚੇ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਲੱਗ ਸਕਦੇ ਨੇ ਤਾਂ ਸਾਡੇ ਸਰਕਾਰੀ ਸਕੂਲਾਂ 'ਚ ਵੀ ਹੋ ਸਕਦੇ ਨੇ। ਅਤੇ ਕਿਸੇ ਸੰਸਥਾ ਨੂੰ ਅਸੀਂ ਖਤਮ ਕਰਨ ਦਾ ਜਾਂ ਕਿਸੇ ਨੂੰ ਕਿਸੇ ਨਾਲ ਮਰਜ਼ ਕਰਨ ਦਾ ਕੋਈ ਪਲੈਨ ਨਹੀਂ। ਸਰ, ਇੱਕ ਸ਼ਹੀਦਾਂ ਦੀ ਧਰਤੀ 'ਤੇ ਆਪਾਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਵੀ ਲੋਕ ਇੱਥੇ ਆਉਣ, ਸ਼ਹੀਦਾਂ ਨੂੰ ਨਮਨ ਕਰਨ, ਪਰ ਫਿਰੋਜ਼ਪੁਰ ਦੇ ਲੋਕ ਸ਼ਹੀਦਾਂ ਦੀ ਧਰਤੀ ਤੋਂ ਬਾਹਰ ਜਾਂਦੇ ਪਏ ਆ, ਕਿਉਂਕਿ ਕੋਈ ਇੱਥੇ ਇੰਡਸਟਰੀ ਨਹੀਂ ਹੈ, ਕੋਈ ਇੱਥੇ ਕਾਰੋਬਾਰ ਨਹੀਂ ਹੈ, ਔਰ ਕੋਈ ਵੀ ਇੱਥੇ ਆਪਣਾ ਪੈਸਾ ਇਨਵੈਸਟ ਕਰਕੇ ਨਹੀਂ, ਕਿਉਂਕਿ ਉਹ ਸਿਕਿਓਰ ਨਹੀਂ ਹੈ। ਉਹ ਕਹਿੰਦਾ ਬਾਰਡਰ ਏਰੀਆ ਸ਼ਹੀਦਾਂ ਦੀ ਧਰਤੀ ਹੈ, ਇੱਥੇ ਨਹੀਂ ਕੋਈ ਡਿਵੈਲਪਮੈਂਟ ਕਰਨੀ। ਪਲੀਜ਼ ਇੱਥੇ ਦਾ ਬਾਰੇ ਕੋਈ, ਅਸੀਂ ਸੋਚਦੇ ਸੀ ਆਪਣੇ ਬਾਰੇ, ਸਾਡੀ ਟਾਈਮ ਲੰਘ ਗਿਆ, ਹੁਣ ਅਸੀਂ ਆਪਦੇ ਬੱਚਿਆਂ ਬਾਰੇ ਸੋਚਣ ਲੱਗ ਪਏ ਹਾਂ। ਫਿਰੋਜ਼ਪੁਰ ਦਾ ਪਲੀਜ਼ ਇਹ ਖਾਸ ਧਿਆਨ ਰੱਖਿਆ ਕਰੋ ਵੀ ਫਿਰੋਜ਼ਪੁਰ ਦੇ ਵਿੱਚ ਹਰ ਚੀਜ਼ ਐਕਸਟਰਾ ਹੋਣੀ ਚਾਹੀਦੀ ਹੈ। ਦੇਖੋ, ਬਾਰਡਰ ਏਰੀਆ ਜਿਹੜਾ ਉਹ ਇਸ ਕਰਕੇ ਨਹੀਂ ਲੋਕ ਜਾ ਰਹੇ ਕਿ ਬਾਰਡਰ ਏਰੀਆ ਸਾਡੇ ਡਿਵੈਲਪਮੈਂਟ ਨਹੀਂ ਹੋਣੀ, ਉਹ ਇਸ ਕਰਕੇ ਜਾ ਰਹੇ ਕਿ ਇਦੋਂ ਪਹਿਲਾਂ ਵਾਲਿਆਂ ਨੇ ਬਹੁਤ ਲੁੱਟ ਮਚਾਈ ਸੀ, ਦੋ ਦੋ ਵਾਰੀ ਆਪਦੀਆਂ ਜ਼ਮੀਨਾਂ ਦੇ ਪੈਸੇ ਲੈ ਗਏ, ਠੀਕ ਹੈ ਜੀ, ਅਕੁਆਇਰ ਜ਼ਮੀਨ ਹੋਈ, ਦੋ ਦੋ ਵਾਰੀ ਪੈਸੇ ਲੈ ਗਏ, 1100 ਕਰੋੜ ਮੁਆਵਜ਼ਾ ਵੀ ਖਾਧਾ, ਲੋਕਾਂ ਦਾ ਮੁਆਵਜ਼ਾ ਖਾਧਾ, ਠੀਕ ਹੈ। ਲੋਕਾਂ ਨੇ ਸਾਰੇ ਹੁਣ ਉਹ ਜਿਹੜੇ ਹਰਾਤ ਹੁਣ ਨਵੇਂ ਆਏ ਆ, ਨਵੇਂ ਵਿਚਾਰ ਨੇ, ਨਵੀਂ ਸੋਚ ਹੈ। ਜੇ ਆਪਾਂ ਇਹ ਕਹਿੰਦੇ ਹਾਂ ਕਿ ਟੇਲ ਆ ਇਹ, ਤਾਂ ਜੇ ਆਪਾਂ ਇੱਧਰੋਂ ਸੋਚੀਏ ਤਾਂ ਇਹ ਹੈੱਡ ਵੀ ਹੈ, ਜਿਹਦੇ ਪਾਸੇ ਸੋਚੀਏ। ਸੋ ਇਸ ਵਾਰ ਮਤਲਬ ਪਹਿਲੀ ਵਾਰ ਹੋਊਗਾ ਕਿ ਫਿਰੋਜ਼ਪੁਰ ਦੇ ਖੇਤੀ ਦੇ ਇਲਾਕਿਆਂ 'ਚ ਮਮਦੋਟ ਵਗੈਰਾ, ਮੈਂ ਕੱਲ੍ਹ ਜ਼ਿਕਰ ਕੀਤਾ ਸੀ, ਜਲਾਲਾਬਾਦ, ਮਮਦੋਟ, ਫਾਜ਼ਿਲਕਾ, ਬੋਰ, ਲੰਬੀ, ਇਹਨਾਂ ਦੀਆਂ ਪਿੰਡਾਂ ਦੀਆਂ ਨਹਿਰਾਂ 'ਚ 1 ਅਪ੍ਰੈਲ ਨੂੰ, ਅੱਜ 23 ਹੋ ਗਈ, 1 ਹਫ਼ਤਾ ਰਹਿ ਗਿਆ ਜੀ, 1 ਅਪ੍ਰੈਲ ਨੂੰ ਨਰਮੇ ਨੂੰ ਲਾਉਣ ਵਾਸਤੇ ਪਾਣੀ ਆਊਗਾ, ਪਹਿਲੀ ਵਾਰ ਆਊਗਾ। ਕਈ ਬੰਦੇ ਮੈਨੂੰ ਫੋਨ ਕਰਕੇ ਗਏ, ਜ਼ਿੰਦਗੀ 'ਚ ਪਹਿਲੀ ਵਾਰ ਆਊਗਾ, ਅਸੀਂ ਘਿਓ ਦੇ ਦੀਵੇ ਬਾਲਾਂਗੇ ਉਦੋਂ ਜਿਹਦੇ ਸਾਨੂੰ ਪਾਣੀ ਮਿਲ ਗਿਆ 1 ਅਪ੍ਰੈਲ ਨੂੰ ਨਰਮੇ 'ਚ ਲਾਉਣ ਵਾ। ਉਹ ਇਹ ਵੀ 1 ਅਪ੍ਰੈਲ ਉਹਨਾਂ ਨੇ ਕਹੀ ਸੀ ਸਰਕਾਰ ਕਿਸਾਨ ਮਿਲਣੀ ਦੌਰਾਨ PAU ਦੇ ਵਿੱਚ ਕਿ 1 ਅਪ੍ਰੈਲ ਨੂੰ ਸਾਨੂੰ ਪਹਿਲਾਂ ਪਾਣੀ ਮਿਲ ਜੇ ਅਤੇ ਨਾਲ ਸਾਨੂੰ 3 ਪਾਣੀ ਲਾਉਣ ਵਾਸਤੇ ਨਹਿਰ ਦਾ ਪਾਣੀ ਮਿਲ ਜੇ ਤਾਂ ਨਰਮੇ ਦਾ ਬੂਟਾ ਇੰਨਾ ਸਟਰੋਂਗ ਹੋ ਜੂ ਕੋਈ ਚਿੱਟੀ ਮੱਖੀ ਜਾਂ ਗੁਲਾਬੀ ਸੁੰਡੀ ਉਹ 'ਤੇ ਹਮਲਾ ਨਹੀਂ ਕਰ ਸਕਦੀ। ਸੋ ਅਸੀਂ ਲੋਕਾਂ ਨੂੰ ਪੁੱਛ ਕੇ ਗੌਰਮੈਂਟ ਚਲਾ ਰਹੇ ਹਾਂ, ਜੇ ਕਿਸਾਨਾਂ ਨੂੰ ਪੁੱਛ ਕੇ ਕਿ ਕਿਹੜੀਆਂ ਸਮੱਸਿਆਵਾਂ ਨੇ ਅਤੇ ਕੀ ਲਾਈਟ ਬਿਜਲੀ ਕਿੰਨੇ ਵਜੇ ਆਉਣੀ ਚਾਹੀਦੀ ਹੈ, ਕਿੰਨੀ ਤਰੀਕ ਨੂੰ ਨਹਿਰ ਦੀ ਬੰਦੀ ਹੋਣੀ ਚਾਹੀਦੀ ਹੈ, ਕਿੰਨੀ ਤਰੀਕ ਨੂੰ ਪਾਣੀ ਹੋਣਾ ਚਾਹੀਦਾ, ਸਾਰਾ ਉਹਨਾਂ ਨੂੰ ਪੁੱਛ ਕੇ, ਇੰਡਸਟਰੀਅਲ ਪੋਲਿਸੀ ਸਾਰੀ ਇੰਡਸਟਰੀ ਵਾਲਿਆਂ ਨੂੰ ਪੁੱਛ ਕੇ ਅਤੇ ਐਜੂਕੇਸ਼ਨ ਪੋਲਿਸੀ ਸਾਰੇ ਐਜੂਕੇਸ਼ਨ ਦੇ ਸਪੈਸ਼ਲਿਸਟਾਂ ਨੂੰ ਪੁੱਛ ਕੇ। ਸੋ ਜਿੰਨੀਆਂ ਵੀ ਅਸੀਂ ਪੋਲਿਸੀਜ਼ ਬਣਾ ਰਹੇ ਹਾਂ ਉਹ ਸਟੇਕ ਹੋਲਡਰਸ ਨੂੰ ਅੱਖਾਂ 'ਚ ਅੱਖਾਂ ਮਿਲਾ ਕੇ ਉਹਨਾਂ ਨਾਲ ਗੱਲ ਕਰਕੇ ਬਣਾ ਰਹੇ ਹਾਂ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਚੰਡੀਗੜ੍ਹ ਦੇ AC ਕਮਰਿਆਂ 'ਚ ਬਹਿ ਕੇ ਬਾਬੂਆਂ ਦੁਆਰਾ ਕੀਤੇ ਹੋਏ ਸਾਈਨ ਧਰਤੀ 'ਤੇ ਨਹੀਂ ਚੱਲਦੇ, ਉਹ ਕਾਗਜ਼ਾਂ 'ਤੇ ਜ਼ਰੂਰ ਚੱਲਦੇ ਨੇ ਪਰ ਧਰਤੀ 'ਤੇ ਇੰਪਲੀਮੈਂਟ ਨਹੀਂ ਹੋ ਸਕਦੇ। ਇਸੇ ਕਰਕੇ ਡਿਪਟੀ ਕਮਿਸ਼ਨਰ ਸਾਹਿਬ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਅਸੀਂ ਇਹ ਵੀ ਕਿਹਾ ਕਿ ਆਪਣੇ ADC ਨੂੰ, ਆਪਣੇ ਤਹਿਸੀਲਦਾਰ ਸਾਹਿਬ ਨੂੰ, ਆਪਣੇ SDM ਸਾਹਿਬ ਨੂੰ ਨਾਲ ਲੈ ਕੇ ਅਨਾਊਂਸਮੈਂਟ ਪਹਿਲਾਂ ਕਰਕੇ ਕਿਸੇ ਵੱਡੇ ਪਿੰਡ ਬੈਠੋ, ਪਿੱਪਲ ਥੱਲੇ ਬੈਠੋ, ਪਿੰਡ ਵਾਲੇ ਸੇਵਾ ਕਰਨਗੇ ਤੁਹਾਡੀ, ਅਸੀਂ ਤਾਂ ਮੰਨੇ ਹੋਏ ਹਾਂ ਇਸ ਗੱਲ ਲਈ, ਮੇਜ਼ਬਾਨੀ ਲਈ। ਉੱਥੇ ਹੀ ਰਜਿਸਟਰੀਆਂ ਕਰੋ, ਉੱਥੇ ਹੀ ਲੋਕਾਂ ਦੇ ਆਧਾਰ ਕਾਰਡ ਨਾਲ ਲਿੰਕਡ ਕੰਮ ਕਰੋ, ਉੱਥੇ ਹੀ ਕੋਈ ਨਾ ਕੋਈ ਹੋਰ ਜਿੰਨੇ ਵੀ ਸਰਕਾਰੀ ਕੰਮ ਨੇ ਉਹ ਕਰੋ, ਨਾਲ MLA ਸਾਹਿਬ ਨੂੰ ਬਿਠਾਓ। ਜੇ ਕਿਸੇ ਦੇ ਕੰਮ 'ਚ ਕੋਈ ਕਾਗਜ਼ ਘੱਟ ਹੈ ਟਾਈਮ ਦਿਓ, ਉੱਥੇ ਕਿ ਦੂਜੇ ਤੀਜੇ ਦਿਨ ਤੁਸੀਂ ਆ ਜਿਓ, ਉੱਥੇ ਜਾ ਕੇ ਤੁਹਾਡੀ ਜਿਹੜੀ ਸੁਣਵਾਈ ਹੋ ਜੂਗੀ। ਅਤੇ ਜੇ ਤੁਹਾਡੇ ਆਹ ਕਾਗਜ਼ MLA ਸਾਹਿਬ ਤੁਸੀਂ ਲਿਓ, MLA ਦੀ ਵੀ ਜ਼ਿੰਮੇਵਾਰੀ ਬਣੇ ਕਿ ਮੈਂ ਕਾਗਜ਼ ਲੈ ਕੇ ਜਾਣੇ ਨੇ। ਇਹਦਾ ਨਾਮ ਹੈ ਸਰਕਾਰ ਤੁਹਾਡੇ ਦੁਆਰ। ਵੋਟਾਂ ਮੰਗਣ ਦਾ ਅਸੀਂ ਡੇਰਿਆਂ 'ਚ ਵੀ ਆ ਜਾਂਦੇ ਹਾਂ, ਵੋਟਾਂ ਮੰਗਣ ਲਈ ਤਾਂ ਅਸੀਂ ਕੋਠਿਆਂ 'ਚ ਜਾਂ ਢਾਣੀਆਂ 'ਚ ਵੀ ਚਲੇ ਜਾਂਦੇ ਹਾਂ, ਪਰ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਕਹਿੰਦੇ ਚੰਡੀਗੜ੍ਹ ਆਓ। ਨਹੀਂ, ਚੰਡੀਗੜ੍ਹ ਨਹੀਂ ਜਾਣਾ, ਫਿਰੋਜ਼ਪੁਰ ਵਾਲਿਆਂ ਨੂੰ ਇੱਥੇ ਰੱਖਣਾ, ਸਰਕਾਰ ਫਿਰੋਜ਼ਪੁਰ ਵਾਲਿਆਂ ਦੀ, ਫਿਰੋਜ਼ਪੁਰ ਤੋਂ ਚੱਲੋ। ਸ਼ਹੀਦੀ ਦਿਹਾੜਾ ਅਸੀਂ ਵੈਸੇ ਹਰ ਸਾਲ ਹੀ ਆਉਂਦੇ ਹਾਂ, ਠੀਕ ਹੈ, ਅਤੇ ਜੋ ਇਹਨਾਂ ਨੇ ਸ਼ਹੀਦੀਆਂ ਦਿੱਤੀਆਂ ਜਵਾਨੀ ਉਮਰ 'ਚ ਉਹ ਅਸੀਂ ਭੁੱਲ ਨਹੀਂ ਸਕਦੇ, ਕਿਉਂ ਫਿਰੋਜ਼ਪੁਰ ਨੂੰ ਇੱਕ ਸ਼ਹੀਦੀ ਮਤਲਬ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਜੀ ਮਿਲੇ ਹੈ, ਸਾਨੂੰ ਬਹੁਤ ਵੱਡਾ ਮਾਣ ਹੈ ਇਸ ਚੀਜ਼ ਦਾ। ਪੂਰੇ ਹਿੰਦੁਸਤਾਨ 'ਚ ਸਾਡਾ ਫਿਰੋਜ਼ਪੁਰ ਦਾ ਨਾਮ ਹੈ ਕਿ ਉਹ ਜਵਾਨ ਬੱਚਿਆਂ ਨੇ ਸ਼ਹੀਦੀ ਦਿੱਤੀ ਹੋਈ ਹੈ ਇੱਥੇ। ਤਾਂ ਅੱਜ ਵੱਡਾ ਮੇਲਾ ਵੀ ਲੱਗਦਾ ਹੈਗਾ ਇੱਥੇ, ਸਪੈਸ਼ਲ ਟ੍ਰੇਨ ਵੀ ਚੱਲਦੀ ਹੈ? ਹਾਂਜੀ ਹਾਂਜੀ, ਸਪੈਸ਼ਲ ਟ੍ਰੇਨ ਵੀ ਚੱਲਦੀ ਹੈ, ਅੱਜ ਵੀ ਚੱਲਦੀ ਹੈ, ਇਹ ਵਿਸਾਖੀ ਵਾਲੇ ਦਿਨ ਵੀ ਚੱਲਦੀ ਹੈ ਜੀ। ਸਾਡੀ ਕੋਸ਼ਿਸ਼ ਹੈ ਵੀ ਵੱਧ ਤੋਂ ਵੱਧ ਅਸੀਂ ਭਗਤ ਸਿੰਘ ਨੂੰ ਜਿੰਨਾ ਵੀ ਅਸੀਂ ਚਮਕਾ ਸਕੀਏ, ਜਿੰਨਾ ਵੀ ਅਸੀਂ ਕਰ ਸਕੀਏ, ਸਾਡੇ ਲਈ ਉਨਾ ਹੀ ਘੱਟ ਹੈ।
ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਨਤਮਸਤਕ ਹੋਣ ਦੇ ਲਈ। ਹਾਂਜੀ, ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਜੀ ਇੱਥੇ ਮੱਥਾ ਟੇਕਣ ਲਈ, ਇਹਨਾਂ ਸ਼ਹੀਦਾਂ ਨੂੰ ਯਾਦ ਕਰਨ ਲਈ। ਅਤੇ ਅੱਜ ਦਾ ਦਿਨ ਸਾਡੇ ਲਈ ਇੱਕ ਬਹੁਤ ਮਹੱਤਵਪੂਰਨ ਦਿਨ ਹੈ। ਇਹ ਇੱਕ ਇਤਿਹਾਸਿਕ ਹੈ, ਜਦ ਸ਼ਹੀਦ ਭਗਤ ਸਿੰਘ ਦਾ ਦਿਹਾੜਾ, ਜਿਹੜਾ ਸ਼ਹੀਦੀ ਦਿਹਾੜਾ, ਜਿਹਨੇ ਸਾਨੂੰ ਆਜ਼ਾਦੀ ਦਿਵਾਈ ਦੇਸ਼ ਦੀ ਖਾਤਰ, ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇੱਥੇ ਹਾਂ, ਉਹਨਾਂ ਦੇ ਨਮਸਤਕ ਹੋਣ ਵਾਸਤੇ ਅਸੀਂ ਅੱਜ ਫਿਰੋਜ਼ਪੁਰ ਦੇ ਵਿੱਚ ਆਏ ਹਾਂ। ਜਿਹੜਾ ਸ਼ਹੀਦੀ ਦਿਹਾੜਾ, ਤਾਂ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਆ, ਨਤਮਸਤਕ ਹੁੰਦੇ ਆ। ਹਾਂਜੀ ਹਾਂਜੀ, ਸਾਰੇ ਸਾਰੇ ਰਾਜ ਪੱਧਰੀ ਆ, ਪੰਜਾਬ ਦੇ ਸਾਰੇ ਆ, ਬਾਹਰ ਵੀ ਅੱਜ ਮੇਰੇ ਹਿਸਾਬ 'ਤੇ ਦਿੱਲੀ ਦੇ ਵਿੱਚ ਵੀ ਮੇਣ ਮਨੀਚਣ ਡਿਆ ਜੀ ਸ਼ਹੀਦਾਂ ਦਾ ਦਿਹਾੜਾ ਜੀ। ਤਾਂ ਦੂਰੋਂ ਦੂਰੋਂ ਲੋਕ ਇੱਥੇ, ਅਤੇ ਮੇਲਾ ਲੱਗਦਾ ਵੱਡਾ ਇੱਥੇ? ਹਾਂਜੀ, ਬਹੁਤ ਵੱਡਾ, ਮਤਲਬ ਜਿਹੜਾ ਹੁੰਦਾ ਭਾਰੀ ਇਕੱਠ ਹੁੰਦਾ ਵਾ, ਕੋਈ ਐਤਕੀ ਥੋੜ੍ਹਾ ਜਿਹਾ ਸਕਿਉਰਟੀ ਟਾਈਟ ਕਰਕੇ ਉਨਾ ਸ਼ਾਇਦ ਨਹੀਂ, ਪਰ ਹੈ ਬਹੁਤ ਇਕੱਠ ਆ ਜੀ, ਫਿਰ ਵੀ ਠੀਕ ਹੈ ਜੀ। ਕੀ ਨਾਮ ਹੈ ਤੁਹਾਡਾ? ਬੂਟਾ ਗਲਾਟੀ ਸਰ।